ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ। ਗੁੱਡ ਮੋਰਨਿੰਗ ਸਵੇਰ ਦੇ 6 ਵਜੇ, ਕਿਉਂਕਿ ਆਲਵੇਜ਼ ਆਪਾਂ ਜਿਹੜਾ ਵਲੌਗ ਆ ਇਸ ਵੇਲੇ ਸ਼ੁਰੂ ਕਰਦੇ ਹਾਂ। ਅਤੇ ਅੱਜ ਮੈਂ ਥੋੜ੍ਹਾ ਜਿਹਾ ਸਾਜਰੇ ਹਾਂ, ਕਿਉਂਕਿ ਜਲਦੀ ਉੱਠ ਖੜਾ ਸੀਗਾ। ਅਤੇ ਬਾਕੀ ਹੁਣ ਥੋੜ੍ਹਾ ਜਿਹਾ ਹੌਸਲਾ ਹੋ ਗਿਆ, ਕਿਉਂਕਿ 10 ਦਿਨਾਂ ਦੇ ਵਿੱਚ ਮੇਰਾ 1 ਇੰਚੀ ਢਿੱਡ ਜਿਹੜਾ ਆ ਘੱਟ ਗਿਆ। 39 ਇੰਚ ਸੀਗਾ, 38 'ਤੇ ਆ ਗਿਆ। ਹੁਣ ਹੌਸਲਾ ਇਸ ਗੱਲ ਕਰਕੇ ਹੋ ਗਿਆ ਵੀ ਘਟਣ ਲੱਗ ਪਿਆ, ਅਤੇ ਆਪਾਂ ਘਟਾ ਘਟਾ ਕੇ 33-34 'ਤੇ ਲੈ ਜਾਣਾ, 3-4 ਇੰਚੀ ਘਟਾ ਲੈਣਾ, ਪਰ ਫਿਰ ਆਪਾਂ ਨੂੰ ਕੋਈ ਟੈਨਸ਼ਨ ਨਹੀਂ। ਅਤੇ ਚਲੋ, ਵੈਸੇ ਵੀ ਐਕਸਰਸਾਈਜ਼ ਚੰਗੀ ਆ, ਕਿਉਂਕਿ ਵਧੀਆ ਹੀ ਆ, ਬੰਦਾ ਥੋੜ੍ਹਾ ਜਿਹਾ ਫਿੱਟ ਰਹਿੰਦਾ, ਸੈੱਟ ਆ ਸਾਰਾ ਕੁਛ। ਪਰ ਸਾਹ ਨਹੀਂ ਚੜ੍ਹਨਾ ਸਾਡੇ ਯਾਰ ਜੀ, ਪਤਾ ਨਹੀਂ ਕੀ ਗੱਲ ਆ, ਸਾਹ ਬਹੁਤ ਚੜ੍ਹਦਾ, ਪਤਾ ਨਹੀਂ ਸਾਈਕਲ ਹੀ ਜ਼ੋਰ ਬਹੁਤ ਲਵਾਉਂਦਾ ਇਸ ਕਰਕੇ। ਚਲੋ ਜੀ, ਕਰਦੇ ਸ਼ੁਰੂ ਅੱਜ ਦਾ ਵਲੌਗ। ਅੱਜ ਕੀ ਬਣਦਾ ਜੀ ਪਤਾ, ਸਾਰੇ ਦਿਨ ਦੇ ਵਲੌਗ ਦੇ ਵਿੱਚ ਦੇਖਦੇ ਹਾਂ। ਫਿਰ ਤੁਸੀਂ ਇੰਜੋਏ ਕਰੋ ਸਵੇਰ ਦੇ ਮਾਹੌਲ ਨੂੰ। ਹੁਣ ਤਰੇਲ ਬਹੁਤ ਪੈਣ ਲੱਗ ਗਈ, ਠੰਡ ਹੋਣ ਲੱਗ ਗਈ ਸਵੇਰੇ ਸਵੇਰੇ। ਹੁਣ ਇਸ ਟਾਈਮ ਪੂਰੀ ਠੰਡ ਮਤਲਬ ਫੀਲ ਹੋ ਰਹੀ ਆ, ਝੋਨੇ ਵੀ ਆ ਗਏ ਇੱਧਰ ਹਰੇ ਆ, ਪਰ ਹਜੇ ਕੁਛ ਝੋਨੇ ਆਏ ਪਏ, ਬਸ ਕੁਛ ਥੋੜ੍ਹੇ ਕੁ ਦਿਨਾਂ 'ਚ ਵੱਡੇ ਜਾਣਗੇ। ਨੋ ਵੀ ਜਿਉਂ ਹੀ ਸਰ ਤੋਂ ਆਏ, ਸਰਪੰਚ ਸਾਹਿਬ ਆ ਗਏ। ਇਹ ਸਾਡਾ ਸਰਪੰਚ ਹੈ, ਇਹਨੂੰ ਬਣਾਉਣਾ ਨਹੀਂ ਐਸ ਕੇ ਆਇਆ ਸੀ ਐਤਕੀ, ਕਿ ਨਹੀਂ ਚੱਲੀਏ? ਹੋਰ ਲੈ ਬਣੀ ਨੀ ਤੇਰੇ ਖਿਲਾਫ ਟਕੜਾ ਕੋਈ, ਤੇ ਫਿਰ ਤਾਂ ਬਣ ਗਈ ਬਸ। ਲੈ ਪੇਪਰ ਨੀ ਸਹੀ ਤੇਰੇ? ਹਾਂ ਬਸ, ਫਿਰ ਸਰਬਸੰਮਤੀ ਨੇ ਬਣਾ ਹੀ ਦਿੱਤਾ ਤੈਨੂੰ, ਬਸ ਫਿਰ ਅੱਧੀ ਕਿ ਕਿਉਂ ਪੂਰੀ ਬਣੀ ਆ, ਜਦੋਂ ਕੋਈ ਖਿਲਾਫ ਨੀ ਖੜਾ ਫਿਰ ਨਾਲੇ ਗਲੀ ਚੌੜੀ ਕਰਾਉਣੀ ਆ। ਚਲੋ ਮੈਂ ਤਾਂ ਚਾਹ ਪੀਣ ਲੱਗਾ ਸੀਗਾ। ਤਕਬੀਰ ਕੋ ਇੱਥੇ ਸੀ, ਕੱਲ ਕਹਿ ਰਹੇ ਸੀਗੇ ਵੀ ਖੁਸ਼ਖਬਰੀ ਉੱਧਰ ਮੰਮੀ ਵੱਲੋਂ ਵੱਡੀ, ਉਹ ਇਹ ਆ ਵੀ ਮੰਮੀ ਸਾਡੀ ਨੂੰ ਸਰਬਸੰਮਤੀ ਦੇ ਨਾਲ ਮੈਂਬਰ ਬਣਾਤਾ ਵਾਰਡ ਦੀ, ਮਤਲਬ ਮੰਮੀ ਕੇ ਵਾਰਡ ਦੀ ਮੰਮੀ ਨੂੰ ਸਰਬਸੰਮਤੀ ਨੇ ਮੈਂਬਰ ਬਣਾਤਾ। ਹੁਣ ਮੰਮੀ ਨੂੰ ਐਂ ਲੱਗੀ ਜਾਂਦਾ ਵੀ ਹਜੇ ਮੈਂ ਬਣੀ ਨਹੀਂ, ਵੀ ਜਿੱਦੇ ਵੋਟਾਂ ਦੇਣਾ ਹੋਊਗਾ ਉਹਦੇ ਬਣਨਾ, ਪਰ ਨਹੀਂ, ਸਰਬਸੰਮਤੀ ਵਾਲਾ ਬੰਦਾ ਜਿਹੜਾ ਉਹਦੇ ਤੋਂ ਚੁਣਿਆ ਜਾਂਦਾ, ਜੇਕਰ ਉਹਦੇ ਕੋਈ ਖਿਲਾਫ ਉੱਠਦਾ ਫਿਰ ਇਲੈਕਸ਼ਨ ਹੁੰਦਾ ਆ, ਵੀ ਮਤਲਬ ਫਿਰ ਵੋਟਾਂ ਪੈਣਗੀਆਂ। ਪਰ ਜੇਕਰ ਮੰਮੀ ਦੇ ਇਕੱਲੀ ਦੇ ਕਾਗਜ਼ ਰਹਿ ਗਏ ਤਾਂ ਫਿਰ ਮੰਮੀ ਮਤਲਬ ਬਣ ਗਈ। ਹਰੇਕ ਮਤਲਬ ਵਾਰਡ 'ਚੋਂ ਬਣ ਰਹੇ ਆ, ਤਾਂ ਮੰਮੀ ਦੇ ਜਿਹੜਾ ਸਾਡਾ ਵਾਰਡ ਹੈ ਉਹਦੇ 'ਚ ਕੋਈ ਵੀ ਹੋਰ ਮੰਮੀ ਦੇ ਖਿਲਾਫ ਨਹੀਂ ਹੈਗੇ, ਤੇ ਸਾਰੇ ਮੰਮੀ ਨੂੰ ਕਹਿ ਰਹੇ ਸੀਗੇ ਵੀ ਤੁਸੀਂ ਖੜੋ ਤੁਸੀਂ ਖੜੋ। ਮੰਮੀ ਤਾਂ ਐਂਡਲੇ ਦਿਨ ਤੱਕ ਕਹਿ ਰਹੇ ਸੀ ਨਹੀਂ 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 ਨਹੀਂ, ਬਟ ਸਾਰਿਆਂ ਨੇ ਹੱਲਾਸ਼ੇਰੀ ਦਿੱਤੀ ਤੇ ਮੰਮੀ ਹੁਣ ਬਣਾਤੀ ਮੈਂਬਰ। ਹਾਂ ਅੱਜ ਜਾਣਾ ਉਹਨਾਂ ਨੇ ਕਾਗਜ਼ ਭਰਨ, ਕਾਗਜ਼ ਭਰਨਾ। ਬਾਕੀ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ, ਹੈ ਨਾ, ਵੀ ਮੰਮੀ ਦੀ ਇੰਨੀ ਬਣੀ ਆ ਆਪਦੇ
ਏਰੀਏ ਚ ਹਨਾ ਵੀ ਆਪਦੇ ਪਿੰਡ ਚ ਵੀ ਮਤਲਬ ਵੀ ਕਿਉਂਕਿ ਜਿਹੜਾ ਬੰਦਾ ਹੁਣ ਆਪਾਂ ਨੂੰ ਇੱਥੇ ਆਪਾਂ ਨੂੰ ਉਹ ਭਾਪੇ ਵਰਗੇ ਨੂੰ ਬਾਪੂ ਵਰਗੇ ਨੂੰ ਬਹੁਤ ਆਉਂਦੇ ਸਾਰੇ ਜਦੋਂ ਮਤਲਬ ਹੁੰਦੀ ਹੈ ਪੈਂਚੀ ਗੱਲ ਪਰ ਆਪਣੇ ਕੀ ਆ ਵੀ ਆਪਣੇ ਪਰਿਵਾਰ ਦਾ ਇਹ ਰੂਲ ਆ ਵੀ ਆਪਾਂ ਇਹ ਕੰਮ ਮਤਲਬ ਵੀ ਹਜੇ ਨਹੀਂ ਕਰਨਾ ਕਿਉਂਕਿ ਪਹਿਲਾਂ ਬਜ਼ੁਰਗਾਂ ਨੇ ਨਹੀਂ ਕੀਤਾ ਹਨਾ ਵੀ ਆਪਾਂ ਸਾਰਿਆਂ ਦੇ ਸਾਂਝੇ ਹੀ ਆ ਹਨਾ ਵੀ ਇੱਕ ਆਇਆ ਵੀ ਉਸ ਪਿੰਡਾਂ ਚ ਹੋ ਜਾਂਦਾ ਵੀ ਵੰਡਿਆ ਜਾਂਦਾ ਜਦੋਂ ਬੰਦਾ ਹਨਾ ਸਾਰੇ ਜਾਣੇ ਸਰਬਸੰਮਤੀ ਨਾਲ ਬਣਾ ਸਕਦੇ ਪਾਪੇ ਉਹਨਾਂ ਨੂੰ ਬਟ ਆਪਣੇ ਕਿਸੇ ਨੇ ਕੀਤਾ ਨੀ ਨਾ ਹੀ ਸਾਡੇ ਉਧਰ ਕੋਈ ਹੋਇਆ ਸਿੱਧਾ ਬਟ ਫੇਰ ਵੀ ਆਇਆ ਵੀ ਜਦੋਂ ਹੁਣ ਜ਼ੋਰ ਪਾਤਾ ਸਾਰਿਆਂ ਨੇ ਆ ਕੇ ਹਨਾ ਫਿਰ ਮੰਮੀ ਕਹਿੰਦੀ ਚਲੋ ਕੋਈ ਗੱਲ ਨੀ ਹਨਾ ਤੇ ਮੰਮੀ ਨੂੰ ਹੱਸੀਆਂ ਨੇ ਮੈਂ ਗਲੀ ਚੌੜੀ ਕਰਾਉਣੀ ਆ ਆਪਾਂ ਮੰਮੀ ਕਹਿੰਦੀ ਗਲੀ ਤਾਂ ਚੌੜੀ ਨਹੀਂ ਹੋ ਸਕਦੀ ਤੇ ਮਤਲਬ ਗਲੀ ਵਾਲੇ ਵੀ ਸਾਰੇ ਆਪਣੇ ਪਿੰਡ ਦੇ ਜਿੰਨੇ ਵੀ ਆ ਅਸੀਂ ਮੰਮੀ ਨੂੰ ਛੇੜਦੇ ਰਹਿੰਦੇ ਹੁੰਦੇ ਸੀ ਮੰਮੀ ਲਾ ਤੂੰ ਏਦਾਂ ਸਾਰਿਆਂ ਦੇ ਚੱਲ ਜਾਂਦੇ ਆ ਤੁਸੀਂ ਸਾਰੇ ਮੰਮੀ ਕਹਿੰਦੀ ਸੀ ਬਣਾ ਕੇ ਰੱਖਣੀ ਪੈਂਦੀ ਸਾਰਿਆਂ ਨਾਲ ਸੋ ਅੱਜ ਉਹ ਜਿਹੜੀ ਬਣੀ ਹੋਈ ਆ ਸਾਰਿਆਂ ਨਾਲ ਅੱਜ ਉਹ ਕੰਮ ਆਈ ਆ ਕਿਉਂਕਿ ਸਾਰੇ ਜਾਣੇ ਸਪੋਰਟ ਕਰ ਰਹੇ ਇੱਕ ਵੀ ਬੰਦਾ ਨਹੀਂ ਕਹਿ ਰਿਹਾ ਵੀ ਮੰਮੀ ਨੂੰ ਵੀ ਤੁਸੀਂ ਨਹੀਂ 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 ਸਾਰੇ ਮੰਮੀ ਨੂੰ ਵਧਾਈਆਂ ਦੇਈ ਜਾਂਦੇ ਕੱਲ੍ਹ ਮੰਮੀ ਆਉਂਦੀ ਸੀ ਗੁਰਦੁਆਰੇ ਉਹ ਲਾਡੀ ਦਾ ਮੇਰਾ ਫੋਨ ਚੱਲਦਾ ਸੀ ਹੋਰ ਫੇ ਬਣਾ ਤਾ ਅੱਗੇ ਤੂੰ ਉਹਨੂੰ ਕਹਿੰਦੀ ਸੀ ਪੰਚਣੀ ਹਾਂ ਮੰਮੀ ਨੂੰ ਕਹਿ ਕਹਿੰਦੀ ਪੰਚਣੀ ਮੰਮੀ ਮੈਂ ਕਿਹਾ ਮੰਮੀ ਨੰਬਰ ਤੇ ਪੰਚਣੀ ਭਰ ਲਵਾਂ ਤੇ ਉਹ ਫਿਰ ਜਿਹੜਾ ਵੀ ਲੰਘਦਾ ਸੀ ਹੋਰ ਫੇ ਭੈਣ ਜੀ ਬਣਾ ਤਾ ਪੰਚਣੀ ਮੰਮੀ ਕਹਿੰਦੀ ਹਾਂ ਬਸ ਬਣਾ ਤਾ ਹਜੇ ਅੱਧਾ ਕੁ ਬਣੀ ਆ ਤੇ ਜਦੋਂ ਕੋਈ ਨਹੀਂ ਖਿਲਾਫ਼ ਉੱਠਿਆ ਤਾਂ ਮਤਲਬ ਇਹੀ ਆ ਕਿ ਮੰਮੀ ਬਣ ਗਈ ਆ ਸੋ ਮੰਮੀ ਦੇ ਨੰਬਰ ਤੇ ਹੁਣ ਪੰਚਣੀ ਭਰ ਲੈਣਾ ਸਾਰੇ ਮੁਬਾਰਕਾਂ ਨਹੀਂ ਚਲੋ ਉਦੋਂ ਦੇ ਦਿਓ ਮੁਬਾਰਕਾਂ ਜਦੋਂ ਮੰਮੀ ਨੂੰ ਆਏ ਨਹੀਂ ਕੋਈ ਗੱਲ ਨਹੀਂ ਕਿਉਂਕਿ ਐ ਜਦੋਂ ਖਿਲਾਫ ਹੀ ਨਹੀਂ ਕੋਈ ਹੈਗਾ ਫਿਰ ਵਾਰਡ ਚ ਫਿਰ ਮੈਂਬਰ ਬਣ ਗਏ ਮੈਂਬਰ ਜ਼ਿਆਦਾਤਰ ਅੱਜ ਕੱਲ ਪਿੰਡਾਂ ਦੀ ਸਰਬਸੰਮਤੀ ਨਾਲ ਬਣਦੇ ਬਸ ਸਰਪੰਚੀ ਦਾ ਹੀ ਰੌਲਾ ਪੈਂਦਾ ਤੇ ਚਲੋ ਇਹ ਵੀ ਹੌਲੀ ਹੌਲੀ ਸੁਧਾਰ ਹੋ ਜੂਗਾ ਕਿਉਂਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਦੀ ਸੋਚ ਬਹੁਤ ਚੰਗੀ ਆ ਇਦੋਂ ਪਹਿਲਾਂ ਵਾਲੀ ਜਿਹੜੀ ਜਨਰੇਸ਼ਨ ਸੀ ਨਾ ਉਹਨਾਂ ਦੀ ਸੋਚ ਥੋੜੀ ਜਿਹੀ ਐ ਵੀ ਹੁਣ ਮੈਂ ਕਈ ਵੀਡੀਓ ਦੇਖ ਰਹੀ ਆ ਉਹ ਪਰਚੀ ਚੱਕ ਕੇ ਸਰਪੰਚ ਬਣਾ ਰਹੇ ਨੇ ਆਪਣੇ ਵੀ ਇਹੀ ਰੌਲਾ ਸੀ ਇਹੀ ਗੱਲ ਕਹਿ ਰਹੇ ਸੀ ਪਰਚੀ ਚੱਕ ਕੇ ਫਿਰ ਨਹੀਂ ਬਣੀ ਗੱਲ ਟੌਸ ਪਾ ਕੇ ਚਲੋ ਹੁਣ ਅਸੀਂ ਮਤਲਬ ਅਸੀਂ ਜਿਹੜਾ ਅਸੀਂ ਇੱਕ ਪਿਰਤ ਤੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਮਤਲਬ ਵੀ ਜੇ ਕਿਸੇ ਕੋਲ 50 ਲੱਖ ਹੈਗਾ ਤਾਂ ਪਹਿਲਾਂ ਇਹ ਸੋਚਦਾ ਸੀ ਵੀ ਮੇਰੇ ਕੋਲ 50 ਲੱਖ ਹੈਗਾ ਤਾਂ ਮੈਂ ਸਰਪੰਚੀ 'ਚ ਉੱਠੂੰਗਾ ਪਰ ਅਸੀਂ ਇਹ ਸੋਚ ਰਹੇ ਹਾਂ ਵੀ ਜੇ ਮੰਨ ਲਓ ਅਸੀਂ ਬੰਦਾ ਉਠਾਇਆ ਤਾਂ ਉਹਦਾ 1 ਰੁਪਿਆ ਨਹੀਂ ਲੱਗਣ ਦੇਣਾ ਉਹ ਤੋਂ ਬਿਨਾਂ ਸਰਪੰਚ ਕਾਬਲੀਅਤ ਹੋਣੀ ਚਾਹੀਦੀ ਆ ਬੰਦੇ 'ਚ ਕਿਉਂਕਿ ਹਮੇਸ਼ਾ ਆਪਾਂ ਪਤਾ ਕੀ ਕਰਦੇ ਹਾਂ ਜਦੋਂ ਵੋਟਾਂ ਆਉਂਦੀਆਂ ਆ ਉਦੋਂ ਆਪਾਂ ਲਾਲਚ ਕਰ ਜਾਂਦੇ ਹਾਂ ਦਾਰੂ ਪਿਆ ਤੇ ਆਹ ਕਰਤਾ ਉਹ ਕਰ ਦਿੱਤਾ ਫਿਰ ਆਪਾਂ ਸਾਰਾ ਸਾਲ ਕੋਸਦੇ ਰਹਿੰਦੇ ਹਾਂ ਵੀ ਉਹਨੇ ਇਹ ਨਹੀਂ ਕੀਤਾ ਉਹਨੇ ਉਹ ਨਹੀਂ ਕੀਤਾ ਜਦੋਂ ਆਪਾਂ ਉਹਦੇ ਤੋਂ ਰਿਸ਼ਵਤ ਹੀ ਲੈ ਲਈ ਫਿਰ ਆਪਾਂ ਉਹਦੇ ਤੋਂ ਐਕਸਪੈਕਟੇਸ਼ਨਸ ਕੀ ਰੱਖਾਂਗੇ ਜਦੋਂ ਅਸੀਂ ਵਿਕੇ ਨਹੀਂ ਕਿਸੇ ਕੋਲ ਅਸੀਂ ਕਿਸੇ ਕੋਲ 1 ਰੁਪਈਆ ਨਹੀਂ ਲਿਆ ਅਸੀਂ ਹੈੱਕ ਠੋਕ ਕੇ ਅਗਲੇ ਨੂੰ ਕਹਿ ਸਕਦੇ ਹਾਂ ਭਾਈ ਅਸੀਂ ਤੇਰੀ ਸਪੋਰਟ ਕੀਤੀ ਸੀ ਸਾਡਾ ਆਹ ਕੰਮ ਕਰਾ ਕੇ ਦੇ ਅਸੀਂ ਤੇਰੇ ਤੋਂ 1 ਰੁਪਏ ਦਾ ਅਸੀਂ ਤੇਰੇ ਤੋਂ ਪਾਣੀ ਦਾ ਗਲਾਸ ਵੀ ਨਹੀਂ ਪੀਤਾ ਜਦੋਂ ਅਸੀਂ ਅਗਲੇ ਤੋਂ ਦਾਰੂ ਪੀ ਲੈਂਦੇ ਹਾਂ ਜਾਂ ਅਗਲੇ ਨਾਲ ਇੱਦਾਂ ਡੀਲ ਕਰ ਲੈਂਦੇ ਫਿਰ ਅਗਲਾ ਵੀ ਕਹਿੰਦਾ ਵੀ ਮੈਂ 35 ਲੱਖ ਲਾਇਆ ਸੀ ਮੈਂ ਇਹਨਾਂ ਸਾਲਾਂ ਦੇ ਵਿੱਚ ਆਪਣਾ 35 ਲੱਖ ਪੂਰਾ ਕਰਨਾ ਮੈਂ ਕਿਉਂ ਕੰਮ ਕਰਾਂ ਸੋ ਇਹੀ ਸੀ ਮੰਮੀ ਦੀ ਜਿਹੜੀ ਗੁੱਡ ਨਿਊਜ਼ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਥੋੜੇ ਟਾਈਮ ਤੱਕ ਰਾਣੀ ਭੈਣ ਜੀ ਸਾਰਾ ਬਾਹਰੋਂ ਤਾਂ ਝਾੜੂ ਪੋਚਾ ਕਰ ਗਏ ਸੀ ਸਾਡੇ ਰੂਮ 'ਚ ਰਹਿ ਗਏ ਉਹ ਮੈਂ ਕਰ ਲੈਣਾ ਹੁਣ ਠੀਕ ਆ ਤੇ ਮਿਲਦੇ ਹਾਂ ਥੋੜੇ ਟਾਈਮ ਤੱਕ ਵਿਆਹ ਤੇ ਟੇਲਰ ਸੱਦਿਆ ਬਾਈ ਨਾਪ ਲੈ ਰਿਹਾ ਟੇਲਰ ਐਂਚੀ ਟੇਪ ਨਾਲ ਹਾਂ ਪੁੱਤ ਬਸ ਮਿਣ ਲਾ ਹਾਂ ਮਿਣ ਦੇ ਹਾਂ ਠੀਕ ਹੈ
ਟੇਲਰ ਆ ਗਿਆ ਨਵਾਂ, ਦੱਸਿਓ ਬਈ ਤੁਸੀਂ ਵੀ ਜੇ ਬਣਵਾਉਣੇ ਕੱਪੜੇ ਕੁੱਪੜੇ ਤਕਦੀਰ ਟੇਲਰ ਤੋਂ। ਕਿੰਨੇ ਇੰਚ ਹੈ ਪੁੱਤ? ਅੱਛਾ ਠੀਕ ਹੈ, ਪਤਾ ਨਹੀਂ ਕਿੱਥੋਂ ਇਹ ਵੇਖਦੀ ਹੈ, ਸਾਨੂੰ ਤਾਂ ਕੋਈ ਪਤਾ ਨਹੀਂ ਲੱਗਦਾ ਵੀ ਇੰਨੀਆਂ ਗੱਲਾਂ ਇਹਨੂੰ ਸਿਖਾਉਂਦਾ ਕੌਣ ਆ। ਲਓ ਆਹ ਕੋਈ ਇੰਚੀ ਟੇਪ ਦਾ ਇਹਨੂੰ ਦੱਸਿਆ ਵੀ ਇੰਚੀ ਟੇਪ ਨਾਲ ਮਿਣਤੀ ਹੁੰਦੀ ਹੈ ਜਾਂ ਕੁਛ ਵੀ ਹੈ, ਆਪ ਦੀ ਆਪ ਦਿਮਾਗ ਹੈ। ਬੋਲੋ ਜੀ ਤੁਸੀਂ ਕੀ ਬੋਲਦੇ ਸੀ? ਮਾਂ ਮੇਰੀ ਨੇ ਕਾਠ ਦਾ ਚੱਕਾ ਕਰਲੀ, ਮਾਂ ਤੇਰੀ ਨੇ ਕਾਠ ਦਾ ਚੱਕਾ, ਕਾਰ ਦਾ ਚੱਕਾ, ਕਾਰ ਦਾ ਯੱਕਾ, ਮੈਂ ਕਿ ਕਾਰ ਦਾ ਯੱਕਾ ਕੀ ਹੁੰਦਾ? ਕਦੀ ਕਦੀ ਮੇਰਾ ਮੂਡ ਹੁੰਦਾ ਮੈਂ ਮਹਿਕਦੀਪ ਨਾਲ ਮਜ਼ਾਕ ਕਰਾਂ ਤੇ ਮਹਿਕਦੀਪ ਮੇਰਾ ਉਹ ਮਜ਼ਾਕ ਸਹਿਣ ਨਹੀਂ ਕਰ ਪਾਉਂਦਾ, ਤਾਂ ਹੀ ਇਹਨੇ ਮਿੰਟਾਂ ਸਕਿੰਟਾਂ 'ਚ ਕਹਿੰਦਾ ਵੀ ਮੇਰਾ ਦਿਮਾਗ ਨਾ ਖਾ। ਦੱਸਿਓ ਕਮੈਂਟ ਕਰਕੇ ਭਰਦੇ ਕਿੱਦਾਂ ਦੇ ਲੱਗ ਰਹੇ ਆ, ਮੈਨੂੰ ਤਾਂ ਸੋਹਣੇ ਲੱਗ ਰਹੇ ਆ। ਹੁਣ ਆਹ ਸ਼ੀਸ਼ਾ ਸਾਫ਼ ਕਰ ਦੇਵਾਂ ਮੈਂ, ਹੱਥ ਪੈਰ ਜਿਹੜੇ ਮਾਰ ਦੇਣੇ ਨੇ ਨਾ ਤੁਸੀਂ ਸ਼ੀਸ਼ੇ 'ਤੇ। ਠੀਕ ਆ ਠੀਕ ਆ, ਗੁੱਡ ਗਰਮੀ ਤਾਂ ਹੈਗੀ ਯਾਰ ਤੇ ਪਰ ਇੰਨੀ ਨਹੀਂ ਹੈਗੀ, ਹੁਣ ਮਿੱਠੇ ਮਿੱਠੇ ਦੇਣ ਹੋਏ ਅੱਜ ਜਮਾਂ ਗਰਮੀ ਐਂ ਲੱਗ ਨਹੀਂ ਰਹੀ, ਮਹਿਸੂਸ ਨਹੀਂ ਹੋ ਰਹੀ ਹੈਗਾ। ਮੁੜਕਾ ਮੁੜਕਾ ਤਾਂ ਆਉਂਦਾ ਬੰਦੇ ਨੂੰ ਕੰਮ ਕਰਦੇ ਨੂੰ, ਪਰ ਐਂ ਮਹਿਸੂਸ ਨਹੀਂ ਹੋ ਰਹੀ ਵੀ ਗਰਮੀ ਆ। ਅਤੇ ਆਪਾਂ ਚੱਲੇ ਹੁਣ ਬਿਸਕੁਟ ਕਢਾਉਣ, ਕਿਉਂਕਿ ਭੈਣ ਨੇ ਕਿਹਾ ਵੀ ਮੇਰੇ ਆਉਣ ਤੋਂ ਪਹਿਲਾਂ ਬਿਸਕੁਟ ਕਢਾ ਕੇ ਰੱਖਿਓ, ਕਿਉਂਕਿ ਬਹੁਤ ਟਾਈਮ ਹੋ ਗਿਆ ਕਹਿੰਦੀ ਖਾਧੇ ਨੂੰ, ਜਿਹੜੇ ਘਰ ਦੇ ਕੱਢੇ ਬਿਸਕੁਟ ਹੁੰਦੇ ਆ। ਅਤੇ ਉਸ ਕਰਕੇ ਫਿਰ ਹੁਣ ਆਪਾਂ ਪਹਿਲੇ ਹਾਂ ਜੀ, ਅੱਜ ਮੈਂ ਵਿਹਲਾ ਸੀਗਾ ਦਿਨੇ, ਪਹਿਲਾਂ ਮੈਂ ਜਿਹੜਾ ਸਲੈਬਾਂ ਸਲੂਬਾਂ ਲਾ ਕੇ ਹਟਿਆ ਇੱਕ ਦੋ ਰਹਿੰਦੀਆਂ ਸੀਗੀਆਂ, ਅਤੇ ਫਿਰ ਮੈਂ ਸੋਚਿਆ ਮੈਂ ਕਿਹਾ ਚੱਲ ਅੱਜ ਆਪਾਂ ਕਢਾਈ ਲਿਆਉਂਦੇ ਹਾਂ ਹੈ ਨਾ। ਅਤੇ ਹੁਣ ਆਪਾਂ ਦੁੱਧ ਪਿੰਡੋਂ ਪਵਾਉਣਾ ਪੈਣਾ ਅਤੇ ਸਮਾਨ ਇਹ 'ਚ ਰੱਖ ਲਿਆ ਅਤੇ ਚੱਲਦੇ ਹਾਂ ਕਢਾਉਂਦੇ ਹਾਂ ਬਿਸਕੁਟ। ਚੱਲ ਚਾਰ ਦਿਨ ਆਪਾਂ ਵੀ ਖਾ ਲਵਾਂਗੇ ਹੈ ਨਾ ਪਾਣੀ ਨਾਲ। ਦੇਖੋ ਤੁਸੀਂ ਕਿੰਨਾ ਘੈਂਟ ਜਿਹਾ ਦੇਣ ਲੱਗਿਆ, ਹੁਣ ਦੀਵਾਲੀ ਦੁਸਹਿਰਾ ਜਿਹਾ ਆਉਣ ਵਾਲਾ ਨਾ, ਦੁਸਹਿਰੇ 'ਚ ਰਹਿ ਗਏ 10 ਦਿਨ ਅਤੇ ਦੀਵਾਲੀ 'ਚ ਰਹਿ ਗਿਆ ਮੇਰਾ ਮਹੀਨਾ, ਅਤੇ ਹੁਣ ਘੈਂਟ ਜਿਹੇ ਦਿਨ ਆ ਗਏ। ਆਹ ਦਿਨ ਮੈਨੂੰ ਬਹੁਤ ਘੈਂਟ ਲੱਗਦੇ ਹੁੰਦੇ ਆ ਦੀਵਾਲੀ ਦੁਸਹਿਰੇ, ਕਿਉਂਕਿ ਬਹੁਤ ਮੌਸਮ ਜਿਹਾ ਐਂ ਘੈਂਟ ਜਿਹਾ ਹੋ ਜਾਂਦਾ, ਹੋਰ ਹੀ ਸੋਹਣਾ ਆ। ਲਓ ਵੀ ਤੀਜੀ ਵਾਰ ਵਲੋਗ ਬਣਾਉਣ ਲੱਗਾ, ਪਹਿਲਾਂ ਤਕਦੀਰ ਨੇ ਫਿਰ ਬੜੀ ਨੇ ਇੰਟਰਪਟ ਕਰਤਾ, ਅਤੇ ਅੱਜ ਬਣਾ ਰਹੇ ਹਾਂ ਛੋਲੇ ਪੀ ਕੇ ਘਿਓ ਦੇ ਵਿੱਚ ਪੰਜੀਰੀ। ਵੈਸੇ ਇਹਨੂੰ ਪੰਜੀਰੀ ਕਹਿ ਦਿੰਦੇ ਆ, ਪਰ ਇਹ ਨਾ ਅਸੀਂ ਛੋਟੇ ਹੁੰਦੇ ਕਹਿੰਦੇ ਹੁੰਦੇ ਸੀਗੇ ਵੀ ਐਂ ਪੀ ਕੇ ਕੁੱਟ ਕੇ ਮਸਤਮਾ ਉਹਦੇ 'ਚ ਕੁੰਡੇ 'ਚ ਜਾਂ ਮਸਤਮਾਨ 'ਚ, ਉਹੀ ਜਿਹੜਾ ਲੋਹੇ ਦਾ ਹੁੰਦਾ ਕੀ ਹੁੰਦਾ, ਹੋਰ ਕੀ ਹੁੰਦਾ ਉਹ? ਮਸਤਮਾਨ ਹੀ ਹੁੰਦਾ ਉਹ, ਮਰਤਬਾਨ ਤਾਂ ਉਹ ਹੁੰਦਾ ਜਿਹੜੇ 'ਚ ਚਾਰ ਚੂਰ ਪਾਈਦਾ। ਖੰਡ ਪਾ ਪਾ ਵੇ, ਵਾਹਵਾ ਪਾ ਦੇ, ਅੱਧਾ ਕਿਲੋ ਖੰਡ ਤਾਂ ਪਾਈ ਜਾਣੀ ਆ। ਤੇ ਇਹਨੂੰ ਅਸੀਂ ਕੁੱਟ ਕੇ ਕਹਿੰਦੇ ਹੁੰਦੇ ਸੀ ਜਿਵੇਂ ਆਈ ਸੁੱਕਰ ਲਾ ਕੇ ਖਾਂਡੇ 'ਚ ਖਾਣੀ ਹੋਵੇ ਫਿਰ ਬਣ ਜਾਂਦਾ ਭੁੱਗਾ। ਕਿਹਨੇ ਕਿਹਨੇ ਖਾਧਾ ਕਮੈਂਟ ਕਰਕੇ ਜ਼ਰੂਰ ਦੱਸਿਓ। ਉਹ ਖਾਂਦੇ ਹੁੰਦੇ ਸੀ ਪਾ ਦੇ ਅੱਧੀ ਕੋਲੇ, ਹੋਰ ਮਿੱਠੇ ਦਾ ਕੋਈ ਚੱਕਰ ਨਹੀਂ ਗਾ। ਚੱਲ ਪੀ ਲਾ ਹੁਣ, ਤੇ ਆਪਾਂ ਰਲਾਉਣ ਲੱਗੇ ਘਿਓ ਦੇ ਵਿੱਚ ਇਹ
ਦੇਸੀ ਘਿਓ ਚ ਰਲਦੀ ਹੁੰਦੀ ਹੈ ਮੈਨੂੰ ਤਾਂ ਪਤਾ ਹੀ ਨਹੀਂ ਤਾਂ ਪਹਿਲੀ ਵਾਰ ਮੈਨੂੰ ਬਹਿ ਜਾ ਮੈਂ ਲਿਖਾ ਰਹੀ ਬੱਗੂ ਗਿਆ ਇਹਨੂੰ ਕੀ ਹੋ ਗਿਆ ਚੱਲ ਬਸ ਬੰਦ ਹੀ ਹੋ ਗਈ ਬਸ ਉਹ ਕਹਿੰਦੀ ਬਸ ਚੱਲ ਪਿੱਠੀ ਕੀ ਖੰਡ ਮੈਂ ਉਹ ਵੀ ਬੰਦ ਹੋ ਗਈ ਮਸ਼ੀਨ ਵੀ ਦੇਖਣੀ ਤੈਨੂੰ ਪਤਾ 20 ਰੁਪਏ ਮਹਿੰਗੀ ਆ ਦੇਸੀ ਵੀਹ ਖਾਣੀ ਦਸ ਰੁਪਏ ਚੱਲ ਘਿਓ ਪਾ ਫੇਰ ਕੀ ਆ ਮੈਨੂੰ ਬਹੁਤ ਟੇਸਟ ਇਹ ਸਿਆਲ ਚ ਇਹ ਹੁਣ ਤਾਂ ਜੰਮਦਾ ਨੀ ਗਾ ਹੁਣ ਤਾਂ ਕੋਈ ਗਰਮੀ ਆ ਜੇ ਸਿਆਲ ਚ ਤਾਂ ਜੰਮ ਜਾਂਦੀ ਹੈ ਨਾ ਇਹ ਚੀਜ਼ ਇੰਨੀ ਘੈਂਟ ਲੱਗਦੀ ਹੈ ਮੈਨੂੰ ਬਹੁਤ ਸਵਾਲ ਲੱਗਦੀ ਹੈ ਪੰਜੀਰੀ ਹੋ ਗਈ ਇਹ ਹੋ ਗਿਆ ਖੋਆ ਹੋ ਗਿਆ ਇਹਨਾਂ ਮੇਰੀ ਪੰਜੀਰੀ ਨਾ ਨਹੀਂ ਖਾਧੀ ਆ ਫਿਰ ਆਪਾਂ ਤਾਂ ਖਾਧੀ ਨਹੀਂ ਤਕਦੀਰ ਵੇਲੇ ਜਿਹੜੀ ਹੋਈ ਹੈ ਕਿੰਨਾ ਪਾਉਣਾ ਘਿਓ ਘਿਓ ਇਹ ਚ ਤਿੰਨ ਪੱਤ ਪਾ ਯਾਰ ਸਿੱਧੀ ਸਿੱਧੀ ਬੋਲਿਆ ਪਾਈਆ ਬਹੁਤਾ ਪਾ ਕੋਈ ਨਹੀਂ ਥੋੜਾ ਜਿਹਾ ਹੋਰ ਪਾ ਦੇ ਬਸ ਕਿਆ ਉਹਦਾ ਤਾਂ ਕੋਈ ਨੁਕਸਾਨ ਨਹੀਂ ਹੈਗਾ ਹੁਣ ਤਾਂ ਸੁੱਖਣਾ ਐਕਸਰਸਾਈਜ਼ ਵੀ ਕਰਦਾ ਲਓ ਜੀ ਪਾ ਦੇ ਜਿਹੜੇ ਛੋਲੇ ਆ ਨਾ ਭੁੱਜੇ ਛੋਲੇ ਉਹ ਪਾਏ ਛੋਲੇ ਸਣੇ ਛਲਕਾ ਮੈਨੂੰ ਲੱਗਦਾ ਘਿਓ ਜ਼ਿਆਦਾ ਪਾ ਦੇ ਆਪਾਂ ਬੰਦ ਕਰ ਲਾ ਮੈਂ ਤਾਂ ਨਾ ਬੰਦ ਆ ਨਹੀਂ ਪਰ ਖੰਡ ਵੀ ਪੈਣੀ ਹੈ ਜੀ ਨਾ ਖੰਡ ਨੂੰ ਸੋਗ ਲੈਣਾ ਨਹੀਂ ਤਾਂ ਛੋਲਿਆਂ ਦਾ ਪੈਕਟ ਹੋਰ ਹੈਗਾ ਉਹ ਸੁੱਟ ਦਿਆਂਗੇ ਵਿੱਚ ਹੋ ਗਿਆ ਲੈ ਬਿਨਾਂ ਸੋਲਟ ਵਾਲੇ ਹੀ ਆ ਇਹਦੇ ਨਾਲ ਦੇ ਹੀ ਆ ਨਹੀਂ ਲੈ ਮੈਂ ਕਿਹਾ ਸੀ ਉਹਨਾਂ ਨੂੰ ਤੂੰ ਕਿਹਾ ਤਾਂ ਉਹਨਾਂ ਨੇ ਤਾਂ ਵਹੀ ਪਾਏ ਆ ਪਰ ਨਹੀਂ ਮੈਂ ਖੰਡ ਵੀ ਚੂਸ ਹੋ ਗਈ ਪਾ ਫਿਰ ਖੰਡ ਪਾ ਵਿੱਚ ਕੋਈ ਨਹੀਂ ਥੋੜੇ ਜਿਹੇ ਬਣ ਗਏ ਯਾਰ ਕਿਲੋ ਛੋਲੇ ਸੀਗੇ ਹੈਨਾ ਅੱਧਾ ਕਿਲੋ ਅੱਧਾ ਕਿਲੋ ਲੈ ਲਾ ਤੂੰ ਆਰੇ ਲਓ ਜੀ ਹੁਣ ਇਹ ਚ ਖੰਡ ਖੰਡ ਚਾਹੇ ਸਾਰੀ ਨਾ ਪਾਈ ਲਓ ਜੀ ਤਿਆਰ ਆ ਫਿਰ ਆਪਣੀ ਪੰਜੀਰੀ ਇਹ ਚ ਘਿਓ ਵਾ ਪਾ ਕੇ ਪੈ ਗਿਆ ਅਤੇ ਵੈਸੇ ਬਣੀ ਵਧੀਆ ਆ ਅਤੇ ਘੈਂਟ ਲੱਗਦੀ ਪਰ ਖਾ ਕੇ ਦੇਖਿਓ ਅਤੇ ਬਣਾ ਕੇ ਦੱਸਿਓ ਕਿੱਦਾਂ ਦੀ ਬਣੀ ਹੁਣ ਢੱਕ ਦੇ ਠੰਡੀ ਹੋਣ 'ਤੇ ਇਹਨੂੰ ਪਾ ਦਿਆਂਗੇ ਡੱਬੇ 'ਚ ਕਿਸੇ 'ਚ ਦੋ ਪਤੀਲੇ ਧਰ ਦੀ ਚੁੱਲੇ ਤਾਂ ਦੋਵਾਂ ਦਾ ਹੱਲ ਹੋ ਜੂਗਾ ਚੁੱਲਿਆਂ ਦਾ ਨਹੀਂ ਕੋਈ ਗੱਲ ਪਤਾ ਨਹੀਂ ਡੱਡਾ ਫੜਦੀ ਡੱਡਾ ਫੜਦਾ ਸੀਗਾ ਉਹਦੇ ਮੁਹਰੇ ਪਤਾਸਾ ਐਂ ਲੈ ਕੇ ਜਾਂਦੀ ਸੀ ਦਿੱਤਾ
ਖੇਡ ਤਾਂ ਲੱਗ ਜਾਂਦੀ, ਜਵਾਕਾਂ ਨਾਲ ਤਾਂ ਖੇਡ ਲੱਗ ਹੀ ਜਾਂਦੀ ਹੈ। ਆ ਝੋਲਾ ਦੇਖ ਜਾਣਾ ਨਿੱਕਾ ਜਿਹਾ ਟੰਗਿਆ ਪਿਆ ਹੋਵੇ ਕਾਹਾ ਬਾਰੀ ਚ, ਬਸ ਇਹਨੂੰ ਵੇਖ ਕੇ ਉੱਤਰ ਗਈ ਫੇਰ ਖੇਡ ਲੱਗ ਗਈ। ਇੱਕ ਮੈਨੇ ਲਾ ਕੇ ਦੇਤਾ ਖੁਸ਼ ਹੋ ਗਈ ਦੇਖੀ ਮੋਹਦੀਪ ਨੂੰ ਦੇਖ ਕੇ। ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਚਾਲ, ਹੋਰ ਠੀਕ ਹੋ? ਮੋਦੀ ਨੂੰ ਦੇਖ ਕੇ, ਮੋਦੀ ਨੂੰ ਦੇਖ ਕੇ ਖੁਸ਼ ਹੋ ਗਈ। ਉਹ ਦੇਖ ਹੱਥ ਫੜਾ ਨੀ ਮੇਰਾ, ਵੀਰੇ ਨੂੰ ਖੁਸ਼ੇ ਨੂੰ ਵੀ ਬੁਲਾ, ਇੱਧਰ ਇੱਧਰ ਵੀਰੇ ਨੂੰ, ਇੱਧਰ ਵੀਰੇ ਨੂੰ ਵੀ ਬੁਲਾ। ਕਾਹਦਾ 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 ਬਾਈ ਹੁਣੇ ਡੋਲੇ ਚ ਦਾਲ ਤੇ ਜਲੇਬੀਆਂ ਲੈ ਕੇ ਆਏ ਸੀ, ਮੈਂ ਇਹਦੇ 'ਚ ਪਾ ਤੀ ਉਹ ਪੰਜੀਰੀ ਜਿਹੜੀ ਬਣਾਈ ਸੀ ਅੱਜ ਆਪਾਂ। ਬੱਚਾ ਪਾਰਟੀ ਗੱਡੀ 'ਚ ਆਉਂਦੀ ਆਉਂਦੀ ਸੌਂ ਗਈ, ਬੱਚਾ ਪਾਰਟੀ ਦਾ ਸੌਂ ਗਈ ਤੇ ਤਕਦੀਰ ਨਹੀਂ ਸੌਂ, ਤਕਦੀਰ ਸਮਰ ਨੂੰ ਮਿਲਣ ਆ ਗਈ। ਪਾਪਾ ਵਾਲੀ ਛੱਡਣ ਵੈਸੇ ਬਾਈ ਨੂੰ ਤੇ ਇਹਨਾਂ ਨੂੰ ਬੱਚਿਆਂ ਨੂੰ, ਤੇ ਅਸੀਂ ਇੱਕ ਚਲੋ ਅਸੀਂ ਜਾਂਦੇ ਹਾਂ ਜੀ ਸਮਰ ਨੂੰ ਮਿਲ ਕੇ ਆਵਾਂਗੇ, ਤੇ ਅਸੀਂ ਚੱਲ ਬਹਾਨੇ ਨਾਲ ਮਿਲੇ ਆਉਂਦੇ ਹਾਂ ਕਿਉਂਕਿ ਵਾਹਵਾ ਮਹੀਨਾ ਹੀ ਹੋ ਗਿਆ ਮੇਰੇ ਖਿਆਲ 'ਚ। ਨਹੀਂ ਆਪਾਂ ਆਏ ਤਾਂ ਜਨਮ ਦਿਨ 'ਤੇ ਸੀ, ਹਾਂ ਉਦੋਂ ਮਗਰੋਂ ਵੀ ਆਏ ਸੀ, ਉਹ ਤਾਂ ਆਏ ਤਾਂ ਸੀ ਸੰਧਾਰਾ ਦਿਨ ਤੇ ਰੱਖੜੀਆਂ ਤੇ ਆ ਕੇ ਗਏ ਸੀ ਸਮਰ ਹੋਣੀ, ਚਲੋ ਮਿਲੇ ਆਉਣੇ ਆਪਾਂ 10 ਮਿੰਟ ਨੇੜੇ ਦਾ, ਆਹੀ ਤਾਂ ਫਾਇਦਾ ਹੁੰਦਾ। ਚੰਗਾ ਫਿਰ ਬਾਏ ਬਾਏ, ਚਲੋ ਜੀ ਬਾਏ ਤਾਂ ਕਰਦੇ ਪੁੱਤ ਸਾਰਿਆਂ ਨੂੰ, ਹੈ ਹੁਣ ਕਾਲੀ ਹੋ ਗਈ ਸਮਰ, ਆਇਆ ਚੱਲੀਏ ਬਈ। ਕਦੇ ਕਦੇ ਤਾਂ ਅਸੀਂ ਸੋਚਦੇ ਹੁੰਦੇ ਆ ਵੀ ਜਾ ਕੇ ਆਈਏ, ਕਦੇ ਕਦੇ ਬੰਦਾ ਸੋਚਦਾ ਵੀ ਨੀਗਾ, ਕੁਛ ਗੱਲਾਂ ਅਨਐਕਸਪੈਕਟਡ ਹੋ ਜਾਂਦੀਆਂ ਹਨਾ ਵੀ ਹੁਣ ਅਸੀਂ ਹੱਥ ਨੇ ਸੋਚਿਆ ਨਹੀਂ ਸੀਗਾ, ਮੈਨੂੰ ਨਹੀਂ ਪਤਾ ਸੀ ਬਾਈ ਨੇ ਗੱਡੀ ਛੱਡਣ ਆਉਣੀ ਆ, ਭਾਪੇ ਨਾਲ ਗੱਲ ਹੋਈ ਸੀਗੀ ਤੇ ਕਿਉਂਕਿ ਭਾਪੇ ਉਹਨਾਂ ਨੇ ਸਵੇਰੇ ਜਾਣਾ ਅੰਬਰਸਰ ਗੱਡੀ ਲੈ ਕੇ ਆਪਣੇ ਲਈ ਆ ਐਕਸੈਂਟ ਤੇ ਜਿਹੜਾ ਇਹ ਮਹੀਨੇ ਜਾਂਦੇ ਹੁੰਦੇ ਆ, ਤੇ ਭਾਪੇ ਦਾ ਇਰਾਦਾ ਸੀ ਵੀ ਆਉਣ ਦਾ ਵੀ ਬਾਈ ਨੂੰ ਛੱਡ ਜਾਣਗੇ ਬਾਅਦ 'ਚ ਹਨਾ, ਤੇ ਮੋਦੀ ਭਰ ਗਿਆ ਗੇ ਤਕਦੀਰ ਖੇਡ ਲੱਗ ਗਈ, ਇੰਨੇ 'ਚ ਜੋਤ ਮੈਨੂੰ ਕਹਿੰਦੀ ਵੀ ਆਪਾਂ ਜਾ ਕੇ ਆਉਣੇ ਹਾਂ ਵੀ ਨਾਲ ਚੱਲ ਸਮਰ ਨੂੰ ਬਹਾਨੇ ਨਾਲ ਮਿਲ ਆਵਾਂਗੇ, ਤੇ ਚਲੋ ਬਹਾਨੇ ਨਾਲ ਆ ਹੋ ਗਿਆ ਕਿਉਂਕਿ ਮਹੀਨਾ ਡੇਢ ਮਹੀਨਾ ਹੀ ਹੋ ਗਿਆ ਸਾਨੂੰ ਆ ਕੇ ਗਿਆ ਨੂੰ ਹਨਾ, ਤੇ ਚਲੋ ਤੇ ਬਾਕੀ ਹੁਣ ਚੱਲਦੇ ਆਪਾਂ ਖਿੱਚਣਾ ਘਰੇ ਰੋਟੀ ਖਾਣੀ, ਹਜੇ ਭੁੱਖ ਲੱਗੀ ਪਈ ਆ ਤੇ ਭੈਣ ਹੋ ਕੇ ਕਹਿੰਦੇ ਰੋਟੀ ਖਾ ਜਾਓ ਇੱਥੋਂ, ਅਸੀਂ ਕਿਹਾ ਨਹੀਂ ਬਣੀ ਪਈ, ਡੋਲੇ 'ਚ ਉਹਨਾਂ ਦਾਲ ਭੇਜਤੀ ਪਹਿਲਾਂ, ਹਾਂ ਇਹ 'ਚ ਹੁਣ ਦਹੀਂ ਪਾਤਾ। ਚਲੋ ਤੇ ਚਲੋ ਜੀ ਚੱਲਦੇ ਹਾਂ ਤੇ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ, ਇਸ ਵਲੌਗ ਨੂੰ ਕਰਦੇ ਖਤਮ, ਬਾਏ ਬਾਏ ਜੀ, ਗੁੱਡ ਨਾਈਟ।